हाँ जी किसान वीरो स्वागत है तुहाडा अपने यूट्यूब चैनल बाबा डेयरी फार्म दे उत्ते। जी अज दी वीडियो विच आपां तिन नग सेल लई लैके आए जी, एक टॉप दी एच एफ बैड है जी, ते एक झोटी है जी, ते एक तोकड़ बैड है जी। आओ पौधे आपां वीर तो इन्हां डिटेल अज वीर ਸਤਿ ਸ਼੍ਰੀ जी। ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਨਾਮ ਤੇ ਐਡਰੈਸ ਬੋਲ ਦਿਓ ਜੀ। ਨਾਮ ਭਰਪੂਰ ਸਿੰਘ, ਪਿੰਡ ਸੰਧੂ ਕਲਾਂ, ਠੀਕ ਜ਼ਿਲ੍ਹਾ ਹੈ ਜੀ, ਬਰਨਾਲਾ। ਫੋਨ ਨੰਬਰ 99 54 734 634 7734 ਹੈ ਵੀਰ ਦਾ ਕੰਟੈਕਟ ਨੰਬਰ ਹੈ ਜੀ, ਬਾਕੀ ਸਕਰੀਨ ਉੱਪਰ ਆ ਰਿਹਾ, ਨੋਟ ਕਰ ਲਓ ਜੀ। ਪਿੰਡ ਹਾਂਜੀ ਸੰਧੂਗਲਾ ਨੇੜੇ ਪਿੰਡ ਭਦੌੜ ਰਹਿ ਜਾਂਦਾ ਬਾਈ। ਤੇ ਵੀਰੇ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਬੈਠਦੇ ਰਹੇ, ਕਿਹੜਾ ਸੂਆ ਸੂਈ ਵੀਰ? ਇਹ ਪਲੂਣ ਸੂੰਦੀ ਆ ਬਾਈ, ਦੋ ਦੰਦ ਬੱਚੀ ਆ। ਠੀਕ ਹੈ ਅੱਜ ਜੀ, ਮੰਨ ਲਓ ਵੀ ਇਹ ਦੁਪਹਿਰੇ ਸੂਈ ਆ 12 ਕੁ ਵਜੇ। 12 ਕੁ ਵਜੇ ਸੂਈ ਹੈ, ਹਾਂਜੀ, ਠੀਕ ਹੈ। ਕਿੰਨਾ ਕੁ ਬੋਲਾ ਕੱਢਿਆ ਦਾ ਜੀ? ਬੋਲਾ ਮੈਂ ਇਹਦੇ ਥੱਲੋਂ 4 ਕੁ ਸੇਰ ਬੋਲਾ ਕੱਢ ਕੇ ਕੁਝ ਬੱਚੇ ਨੂੰ ਜਗਾ ਤਾ, ਆਪਾਂ ਝੂਟ ਨੂੰ ਮਾਰਦੇ। ਠੀਕ ਹੈ ਬਾਈ, ਬੱਚੀ ਦੋ ਦੰਦ ਆ ਪਲੂਣ, ਠੀਕ ਹੈ। ਬੱਚੀ ਦੋ ਦੰਦਾ, ਬੱਚਾ ਕੀ ਆ ਮਗਰ ਬਾਈ? ਬੱਚਾ ਬੱਸਾ ਦਿੱਤਾ ਹੈਗਾ, ਜੇ ਅਰਜੂ ਸਭ ਕੁਝ ਓਕੇ, ਆਪਣੇ ਕੋਲੇ ਡਿਟੇਲ ਚ ਵੀਡੀਓ ਪਈ ਆ। ਬਾ ਠੀਕ ਹੈ ਬਾਈ, ਤੋਰ ਕੇ ਦਿਖਾ ਦੇ ਕਿੰਨਾ ਕੁ ਦੁੱਧ ਪਾਊ ਬਾਈ? ਦੁੱਧ ਦੇ ਦੇਖੋ ਕੁਆਲਿਟੀ ਦੇ ਹਿਸਾਬ ਨਾਲ ਉਮੀਦ ਆ, ਜਿਆਦਾ ਤਾਂ ਅਗਲੇ ਦੇ ਸੇਵਾ ਤੇ ਵੀ 23 22 23 ਕਿਲੋ ਤਾਂ ਦੇਊ ਬੱਚੀ ਆਰਾਮ ਨਾਲ। 22 23 ਲੀਟਰ ਦੁੱਧ ਦੀ ਬਾਈ ਉਮੀਦ ਕਰਦੇ ਆ। ਕੱਦ ਕਾਠ ਚੰਗਾ, ਬਰੀਡ ਚੰਗੀ, ਆਰਡਰ ਬਾ ਕਮਾਲ ਦਾ ਲੱਗਿਆ ਵਾ, ਚਾਰੇ ਥਣ ਬਾਈ ਨਿਕੜਵੇਂ ਪੂਰੇ ਗੈਪ ਤੇ ਆ, ਕੱਦ ਕਾਠ ਪੂਰਾ ਉੱਚਾ ਲੰਮਾ, ਪ੍ਰਿੰਟ ਵਗੈਰਾ ਚੰਗਾ, ਆਰਡਰ ਬਾਈ ਬਹੁਤ ਸੋਹਣਾ ਤਿਆਰ ਕਰਿਆ ਵਾ ਦੇਸ ਨੇੜ ਤੋਂ, ਤੇ ਚਾਰੇ ਥਣ ਬਾਈ ਨਿਕੜਵੇਂ ਪੂਰੇ ਗੈਪ ਤੇ ਆ। 20 22 ਲੀਟਰ ਦੁੱਧ ਨੇ ਆਰਾਮ ਨਾਲ ਪਾ ਦੇਣਾ। ਤੇ ਚਵਾਈ ਚੁਈ ਦੀ ਕਿਵੇਂ ਨਿਕਲੀ? ਚਵਾਈ ਦੀ 100 ਨੰਬਰ ਆ ਬਾਈ। ਠੀਕ ਆ ਬਾਈ, ਲੈ ਚੱਲ। ਬੱਚਾ ਬਾਈ ਮਗਰ ਬੱਚਾ, ਸੂਈ ਸਵਾਈ ਜੇਰ ਵਗੈਰਾ ਡਨ ਆ। ਤੇ ਕੀ ਮੁੱਲ ਆ ਬਾਈ ਇਹਦਾ? ਮੁੱਲ ਇਹਦਾ 95,000 ਹੈ। 95,000 ਰੁਪਇਆ ਮਾਨਤਾਨ ਕਰੋਗੇ ਬਾਈ? ਮਾਨਤਾਨ ਕਰ ਦਾਂਗੇ ਬਸ। ਠੀਕ ਹੈ ਜੀ, 95,000 ਰੁਪਇਆ ਦਾ ਰੇਟ ਆ ਜੀ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ। ਬੱਚਾ ਮਗਰ ਬੱਚਾ, ਬੱਚੇ ਦੀ ਕੁਆਲਿਟੀ ਵੀ ਚੰਗੀ ਆ, ਤੇ ਨਾੜੂਆ ਨੂੜੂਆ ਬਾਈ ਨਾਲ ਹੀ ਆ, ਬੱਚੇ ਦਾ ਦੇਖ ਸਨ ਚੰਗੀ ਆ, ਬੈਡ ਸਮੀ ਪਲੀ ਵੀ ਆ। ਅੱਗੇ ਵੀਰੇ 2 ਨੰਬਰ ਦੇ ਝੋਟੀ ਬਾਰੇ, ਕਿਹੜਾ ਸੂਆ ਸੂਈ ਹੈ? ਇਹ ਵੀ ਪਲੂਣ ਸੂਈ ਆ ਜੀ, ਦੋ ਦੰਦ ਆ। ਠੀਕ ਹੈ ਜੀ, ਅੱਜ ਤੀਜਾ ਦਿਨ ਆ ਸੂਈ ਨੂੰ ਇਹਨੂੰ। ਤੀਜਾ ਦਿਨ, ਠੀਕ ਹੈ ਬਾਈ। ਬੱਚਾ ਹਾਂਜੀ, ਕੀ ਆ ਮਗਰ? ਬੱਚਾ ਇਹਦੇ ਮਗਰ ਕੱਟਾ ਜੀ। ਕੱਟਾ ਜੀ, ਕਿੰਨਾ ਕੁ ਬੋਲਾ ਤਿਆਰ ਆ ਬਾਈ ਹੁਣ? ਇਹਦੇ ਥੱਲੇ ਹੁਣ ਮੰਨ ਲਓ ਵੀ 7 ਕਿਲੋ ਬੋਲਾ ਤਿਆਰ। ਤੋਰ ਕੇ ਦਿਖਾ ਦੇ ਬਾਈ ਕਿੰਨਾ ਕਰੂਗੀ ਦੁੱਧ? ਦੁੱਧ ਲੈਣਾ ਤਾਂ ਅਗਲੇ ਨੇ ਆਪਦੀ ਸਾਂਭ ਤੇ, ਪਰ ਕੱਟੀ ਦੀ ਕੁਆਲਿਟੀ ਦੇ ਹਿਸਾਬ ਨਾਲ 10 ਕਿਲੋ ਦੁੱਧ ਆਰਾਮ ਨਾਲ ਦਿਉ। ਠੀਕ ਆ ਬਾਈ, ਤੇ 7 ਕਹਾਂ ਵੱਧ ਲੀਟਰ ਕੱਟ ਵਾਲਾ? ਲੈ ਲੈ, 7 ਲੀਟਰ ਵਾਲਾ ਤਿਆਰ ਆ? ਹਾਂ, 7 ਲੀਟਰ ਤਿਆਰ ਆ, ਦੋ ਦੰਦ ਕੱਟੀ ਆ, ਮੂੰਹ ਪੱਟ ਕੇ ਠੀਕ ਆ ਅਗਲਾ ਸੱਲੀ ਕਰਕੇ ਲਿਆਵੇ। ਫੇਸ ਬਿਊਟੀ ਚੰਗੀ ਆ, ਸਿੰਗਾ ਸੁੰਗਾ ਦੀ ਕੁਆਲਿਟੀ ਚੰਗੀ ਆ, ਕੱਦ ਕਾਠ ਬਾਈ ਪੂਰਾ ਉੱਚਾ ਲੰਮਾ, ਪਿੱਠ ਪੁੜੇ ਦੀ ਚੰਗੀ ਆ, ਥਣਾ ਥਣਾ ਜੀ ਸਾਫ ਸੁਧਰੀ ਆ, ਉਹ ਪਾਸ ਆ ਬਾਈ ਥਣਾ ਤੋਂ। ਓਕੇ ਆ ਜਮਾ, ਠੀਕ ਆ ਬਾਈ। ਅਗਲਾ ਚੋਕ ਚਾਰੇ ਥਣ ਬਾਈ ਨਿਖੜਵੇਂ ਪੂਰੇ ਗੈਪ ਤੇ ਆ, ਤੇ ਮੁੱਠੀ ਵਾਲਾ ਥਣ ਲੱਗਿਆ ਵਾ, ਥਣਾ ਦੀ ਕੁਆਲਿਟੀ ਇੱਕ ਵਾਰੀ ਨੇੜ ਤੋਂ ਜ਼ਰੂਰ ਚੈੱਕ ਕਰਵਾਵਾਂਗੇ। ਆ ਦੇ ਸਨ ਬਾਈ ਚਾਰੇ ਥਣ ਨਿਖੜਵੇਂ ਪੂਰੇ ਗੈਪ। ਲੈ ਚੱਲ ਬਾਈ ਕੋਈ ਨਹੀਂ। ਤੇ ਕੀ ਮੁੱਲ ਆ ਬਾਈ ਇਹਦਾ? ਇਹਦਾ ਹੀ ਮੁੱਲ 95,000 ਹੀ ਹੈ। 95,000 ਰੁਪਇਆ ਮਾਨਤਾਨ ਕਰੋਗੇ ਬਾਈ? ਕਰ ਦਾਂਗੇ ਮਾਨਤਾਨ। ਠੀਕ ਹੈ ਜੀ, ਬਾਕੀ ਆਪਦਾ ਕੋਈ ਕੋਈ ਭੂਰ ਸਾਲਾ ਨਹੀਂ, ਠੀਕ ਹੈ ਵੀਰੇ, ਕੋਈ ਔਲ ਵਗੈਰਾ ਨਹੀਂ, ਅਗਲਾ ਬਾਲਟੀ ਧਰ ਕੇ ਚੋ ਕੇ ਤਸੱਲੀ ਕਰਕੇ ਲਿਆ ਵੇ। ਠੀਕ ਹੈ ਬਾਈ, ਬੱਚਾ ਕੀ ਸੀ ਮਗਰ? ਬੱਚਾ ਕੱਟਾ ਹੈਗਾ ਮਗਰ। ਕੱਟਾ ਕੱਟਾ ਵੀ ਸਨੱਖਾ ਨਾ ਬਾਈ। ਹਾਂ ਠੀਕ ਹੈ, ਬੱਚਾ ਮਗਰ ਕੱਟਾ ਵੀ, ਸਿੰਗਾ ਸੁੰਗਾ ਦੀ ਕੁਆਲਿਟੀ ਝੋਟੀ ਦੀ ਚੰਗੀ ਆ, ਪਿੱਠ ਫੋੜਾ ਥਣ ਥਣ ਪੂਰਾ ਚੰਗਾ ਲੱਗਿਆ ਵਾ। ਅੱਗੇ ਵੀਰੇ 3 ਨੰਬਰ ਤੇ ਇਹ ਕਿਹੜਾ ਸੂਆ ਸੂਈ ਵੀ ਆ? ਇਹ ਵੀ ਮੰਨ ਲਾ ਵੀ ਦੂਜਾ ਸੂਆ ਸੁੰਦੀ ਸੀ ਬਾਈ। ਠੀਕ ਹੈ ਬਾਈ, ਇਹ ਮਹੀਨੇ ਇੱਕ ਦੀ ਕੱਚੀ ਬੱਚਾ ਦੇਗੀ ਬੈੜ। ਠੀਕ ਹੈ ਜੀ, ਇਹਨੂੰ ਅੱਜ 10ਵਾਂ ਕਦੇ ਨਾ ਬੱਚਾ ਦਿੱਤੇ ਨੂੰ, ਠੀਕ ਹੈ ਜੀ। ਹੁਣ ਮੰਨ ਲਓ 7 ਕਿਲੋ ਦੁੱਧ ਤਿਆਰ ਆ, 12 13 ਕਿਲੋ ਦੁੱਧ ਆਰਾਮ ਨਾਲ ਦੇਊਗੀ। ਠੀਕ ਹੈ ਬਾਈ, ਤੋਰ ਲਾ ਹੋਰ ਤੇ ਦਿਖਾ ਦੇ। ਸੀਲ ਠੰਡੀ ਬਥੇਰੀ ਆ, 7 ਲੀਟਰ ਦੁੱਧ ਇਸ ਟਾਈਮ ਹਨਾ ਬਾਈ ਤਿਆਰ ਆ। ਹਾਂ, ਤੇ 12 ਲੀਟਰ ਦੁੱਧ ਦੀ ਇਹ ਤੋਂ ਉਮੀਦ, 12 13 ਕਿਲੋ ਦੁੱਧ ਐਤਕੀ ਵੀ ਆਰਾਮ ਨਾਲ ਦੇਊਗੀ। ਤੇ ਚਵਾਈ ਨੂੰ ਠੰਡੀ ਆ ਬਾਈ? ਚਵਾਈ ਦੀ ਵਾਧੂ ਠੰਡੀ ਆ, ਚੋਣ ਬਥੇਰਾ ਚੰਗਾ। ਠੀਕ ਆ ਬਾਈ, ਤੇ ਤੋਰ ਵਗੈਰਾ ਚੰਗੀ ਆ, ਆਰਡਰ ਸੋਹਣਾ ਤਿਆਰ ਕਰਿਆ ਵਾ। 7 ਲੀਟਰ ਦੁੱਧ ਇਸ ਟਾਈਮ ਕੰਡੇ ਵਾਲਾ ਬਾਈ ਤਿਆਰ ਆ, ਮਹੀਨਾ ਕੁ ਪਹਿਲਾਂ ਸੂਪੀ ਬਾਈ। ਤੇ ਚੰਗੀ ਆ ਬੈਡ, ਬਰੀਡ ਜਾਰ ਚੰਗੀ ਆ, ਗਰਮੀ ਘੱਟ, ਮੈਨੂੰ ਫੈਂਡ ਫੂਟ ਨਹੀਂ ਚੰਗੀ ਆਉਂਦੀ ਆ, ਤੇ ਪੂਰੀ ਆ ਦੇ ਸਨ ਬਾਈ ਠੰਡੀ ਸੀ। 15 15 ਕਿਲੋ ਤੋਂ ਤਾਂ ਮੰਨ ਲਾ ਵੀ ਇਹਨੇ ਪਾਰੀ ਦੇਤਾ ਸੀਗਾ ਪਲੂਣ ਨਹੀਂ। ਠੀਕ ਹੈ ਵੀਰੇ, ਮਾਲਕਾਂ ਦੇ ਦੱਸਣ ਮਤਲਬ। ਠੀਕ 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 ਇੱਥੇ ਚਲੋ 12 ਦੀ। ਹਾਂ, ਇੱਥੇ ਆਪਾਂ ਕੱਚੀ ਲਈ ਥੋੜੀ ਜਿਹੀ ਦੇਗੀ, ਹੋਰ ਸਾਰ ਸਾਫ ਆ, ਕੋਈ ਗੰਦ ਨਹੀਂ ਮਾਰਦੀ ਕੁਛ ਨਹੀਂ। ਬਾ ਠੀਕ ਹੈ ਵੀਰੇ, ਤੇ ਕੀ ਮੁੱਲ ਆ ਬਾਈ ਇਹਦਾ? ਮੁੱਲੇ ਦਾ ਆਪਾਂ ਬਾਹ ਨਹੀਂ ਕਰਦੇ ਬਾ, 25,000 ਰੁਪਇਆ। 25,000 ਰੁਪਇਆ ਮਾਨਤਾਨ ਕਰੋਗੇ? ਹਾਂ, ਮਾਨਤਾਨ ਕਰ ਦਾਂ। ਠੀਕ ਹੈ ਜੀ, ਬਿਲਕੁਲ ਜਾਇਜ਼ ਰੇਟ ਬਾਈ, 25,000 ਰੁਪਇਆ, ਬਾਕੀ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਓ। ਦੁੱਧ ਵੀਰ ਕਹਿੰਦਾ ਵੱਧ ਜੂਗੀ, 12 ਲੀਟਰ ਤੇ ਵੱਗ ਜੂ, ਚਾਰੇ ਥਣ ਬਾਈ ਨਿਖੜਵੇਂ ਪੂਰੇ ਗੈਪ ਤੇ ਲੱਗੇ ਵੇ, ਚੰਗੀ ਆ ਬੈਡ ਬਾਈ, ਝੋਟੀ ਵੀ ਚੰਗੀ ਆ, ਐਚ ਐਫ ਬੈਡ ਵੀ ਬਾਈ ਬਹੁਤ ਚੰਗੀ, ਆਰਡਰ ਉਡਰ ਬਹੁਤ ਚੰਗਾ ਆ ਦੇ ਸਨ। ਨੇੜ ਤੋਂ ਚੈੱਕ ਕਰ ਲਓ ਬਾਲਟਲਾਂ, ਤੇ ਬਾਲਾ ਬੁਲਾ ਦਾ ਅਸੀਂ ਕੱਢਿਆ ਵਾ, ਤੇ ਸ਼ਾਮ ਤੱਕ ਜਾਂ ਸਵੇਰ ਤੱਕ ਆਰਡਰ ਇਹਨੇ ਸੋਹਣਾ ਤਿਆਰ ਕਰ ਲੈਣਾ। ਕਿਸੇ ਵੀਰ ਨੂੰ 3 ਨਗਾਂ 'ਚੋਂ ਕੋਈ ਵੀ ਨਗ ਪਸੰਦ ਆਵੇ ਤਾਂ ਭਰਾ ਨਾਲ ਕਨੈਕਟ ਕਰ ਲਿਓ। ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ।